ਸਤਿ ਸ਼੍ਰੀ ਅਕਾਲ ਜੀ, ਮੈਂ ਨੇਹਾ ਰਾਜਪੂਤ ਤੇ ਤੁਸੀਂ ਦੇਖ ਰਹੇ ਹੋ ਬੂਗਲ ਬਾਲੀਵੁੱਡ। ਤੇ ਹੁਣ ਆਪਾਂ ਗੱਲ ਕਰਾਂਗੇ ਬਾਲੀਵੁੱਡ ਦੇ ਸੋਹਣੇ ਸਰਦਾਰ ਨਿੱਕੇ ਜੈਲਦਾਰ ਯਾਨੀ ਕਿ ਐਮੀ ਵਿਰਕ ਦੀ, ਜੋ ਕਿ ਆਏ ਹੀ ਦਿਨ ਆਪਣੀਆਂ ਨਿੱਤ ਨਵੀਆਂ ਫਿਲਮਾਂ ਤੇ ਗਾਣਿਆਂ ਦੇ ਨਾਲ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਦੇ ਵਿੱਚ ਲੱਗੇ ਰਹਿੰਦੇ ਹਨ ਤੇ ਹਮੇਸ਼ਾ ਆਪਣੇ ਫੈਨਸ ਦੇ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ। ਤੇ ਫਿਰ ਭਾਵੇਂ ਗੱਲ ਬਾਲੀਵੁੱਡ ਦੀ ਹੋਵੇ ਜਾਂ ਫਿਰ ਹੋਵੇ ਬਾਲੀਵੁੱਡ ਦੀ, ਇਹਨਾਂ ਨੇ ਬਾਲੀਵੁੱਡ ਤੇ ਬਾਲੀਵੁੱਡ ਦੋਵੇਂ ਹੀ ਪਾਸੇ ਆਪਣੀ ਗਾਇਕੀ ਤੇ ਅਦਾਕਾਰੀ ਦੇ ਝੰਡੇ ਗੱਡੇ ਹੋਏ ਹਨ। ਤੇ ਹੁਣ ਹਾਲ ਹੀ ਦੇ ਵਿੱਚ ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫਿਲਮ ਨਿੱਕਾ ਜੈਲਦਾਰ 3 ਦੀ ਆਫੀਸ਼ੀਅਲ ਫਸਟ ਲੁੱਕ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤੀ ਹੈ ਤੇ ਨਾਲੇ ਲਿਖਿਆ ਹੈ ਕਿ ਇਸ ਵਾਰੀ ਨਿੱਕਾ ਕਸੂਤਾ ਫਸ ਗਿਆ, ਵੇਖੋ ਤੇ ਦੱਸੋ ਜੋੜੀ ਕਿਵੇਂ ਦੀ ਲੱਗੀ। ਜੀ ਹਾਂ, ਨਿੱਕਾ ਜੈਲਦਾਰ 1 ਦੇ ਵਿੱਚ ਸੋਨਮ ਬਾਜਵਾ ਤੇ ਸੋਨੀਆ ਕੌਰ, ਨਿੱਕਾ ਜੈਲਦਾਰ 2 ਦੇ ਵਿੱਚ ਵੀ ਸੋਨਮ ਬਾਜਵਾ ਤੇ ਵਮਿਕਾ ਗੱਬੀ, ਪਰ ਨਿੱਕਾ ਜੈਲਦਾਰ 3 ਦੇ ਵਿੱਚ ਸਿੱਧਾ ਹੀ ਮੈਡਮ ਨਿਰਮਲ ਰਿਸ਼ੀ। ਜੀ ਹਾਂ, ਜਦੋਂ ਆਪਾਂ ਨਿੱਕਾ ਜੈਲਦਾਰ 3 ਦਾ ਆਫੀਸ਼ੀਅਲ ਪੋਸਟਰ ਦੇਖਦੇ ਹਾਂ ਤੇ ਉਸਦੇ ਵਿੱਚ ਨਿੱਕਾ ਜੈਲਦਾਰ ਯਾਨੀ ਕਿ ਐਮੀ ਵਿਰਕ ਵਿਆਹ ਦੇ ਜੋੜੇ ਦੇ ਵਿੱਚ ਤੇ ਨੋਟਾਂ ਵਾਲਾ ਹਾਰ ਪਾ ਕੇ ਕੁਰਸੀ ਉੱਤੇ ਬੈਠਿਆ ਹੋਇਆ ਦਿਖਾਈ ਦਿੰਦਾ ਹੈ, ਪਰ ਉਸਦਾ ਮੂੰਹ ਨਾ ਥੋੜ੍ਹਾ ਜਿਹਾ ਲਟਕਿਆ ਹੋਇਆ ਹੁੰਦਾ ਹੈ। ਪਰ ਉਸਦੇ ਨਾਲ ਹੀ ਸੀਨੀਅਰ ਅਦਾਕਾਰਾ ਮੈਡਮ ਨਿਰਮਲ ਰਿਸ਼ੀ ਵੀ ਕੁਰਸੀ ਤੇ ਲਾਲ ਜੋੜੇ ਦੇ ਵਿੱਚ ਬੈਠੇ ਹੋਏ ਦਿਖਾਈ ਦਿੰਦੇ ਹਨ। ਆਡੀਅੰਸ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਵੱਡਾ ਸਸਪੈਂਸ ਕ੍ਰੀਏਟ ਕਰ ਰਹੀ ਹੈ ਤੇ ਇਹ ਸਸਪੈਂਸ ਤਾਂ ਫਿਲਹਾਲ ਅਦੋਂ ਹੀ ਖੁੱਲ੍ਹੇਗਾ ਜਦੋਂ ਇਸ ਫਿਲਮ ਦੇ ਬਾਰੇ ਹੋਰ ਕੋਈ ਜਾਣਕਾਰੀ ਜਾਂ ਫਿਲਮ ਦਾ ਟੀਜ਼ਰ ਜਾਂ ਟ੍ਰੇਲਰ ਰਿਲੀਜ਼ ਹੋਏਗਾ। ਤੇ ਜੇ ਗੱਲ ਹੁਣ ਆਪਾਂ ਇਸ ਫਿਲਮ ਦੇ ਕ੍ਰੈਡਿਟਸ ਦੀ ਕਰੀਏ ਤਾਂ ਇਸ ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਤੇ ਇਸ ਫਿਲਮ ਨੂੰ ਲਿਖਿਆ ਹੈ ਜਗਦੀਪ ਸਿੱਧੂ ਤੇ ਗੁਰਪ੍ਰੀਤ ਸਿੰਘ ਪਲਹੇਰੀ ਨੇ ਤੇ ਇਸ ਫਿਲਮ ਨੂੰ ਸ਼ੇਰ ਸਿੰਘ ਬ੍ਰਦਰਸ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਨੂੰ ਵਾਈਕੋਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰ ਪ੍ਰੈਜ਼ੈਂਟ ਕਰ ਰਹੇ ਹਨ ਤੇ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਸ ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਵਾਮਿਕਾ ਗੱਬੀ ਤੇ ਸੋਨੀਆ ਕੌਰ ਵੀ ਨਜ਼ਰ ਆਵੇਗੀ ਤੇ ਫਿਲਹਾਲ ਇਸ ਫਿਲਮ ਦੀ ਸਟੋਰੀ ਕੀ ਹੋਵੇਗੀ ਇਹ ਤਾਂ 20 ਸਤੰਬਰ ਤੋਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਅੱਜ ਤੱਕ ਦੇ ਲਈ ਦੇਖਦੇ ਰਹੋ ਬੂਗਲ ਬਾਲੀਵੁੱਡ।